hello teachers in the present module we will learn about the topic of valency through a computer based game let's how we can use a computer based game for teaching the concept of valency in a very interesting way so let's start this a basic activity de nal valency the concept nu samjhiye pyare bachiyon dhyan dena hun sade kol ਪਰਮਾਣੂ ਅੰਕ 1 ਕੀ ਹੁੰਦਾ ਹੈ ਵਿਦਿਆਰਥੀਓ ਹਾਈਡਰੋਜਨ ਵੈਰੀ ਗੁੱਡ ਹਾਈਡਰੋਜਨ ਦੇ ਵਿੱਚ ਅਸੀਂ ਇੱਥੇ ਹੁਣ ਇਲੈਕਟ੍ਰੋਨਸ ਦੀ ਗੱਲ ਕਰਾਂਗੇ ਇਲੈਕਟ੍ਰੋਨਸ ਕਿੰਨੇ ਹੁੰਦੇ ਨੇ ਪਰਮਾਣੂ ਅੰਕ ਜੇ 1 ਹੈ ਸੰਕੇਤ ਹੈ H ਤਾਂ ਇਲੈਕਟ੍ਰੋਨ ਕਿੰਨੇ ਹੋਣਗੇ 1 ਹੁਣ ਇਸ ਦਾ ਇੱਕ ਇਲੈਕਟ੍ਰੋਨ ਕਿਹੜੇ ਸ਼ੈਲ ਚ ਜਾਏਗਾ ਪਹਿਲੇ ਸ਼ੈਲ ਦੇ ਵਿੱਚ ਯਾਨੀ ਕਿ K ਸ਼ੈਲ ਦੇ ਵਿੱਚ ਤਾਂ ਇਸ ਦੀ ਕੰਬਾਈਨਿੰਗ ਕਪੈਸਿਟੀ ਕਿੰਨੀ ਹੋਏਗੀ 1 बिकॉज एक इलैक्ट्रॉन इस दे कोल है हाइड्रोजन दे परमाणु कोल तो एक इलैक्ट्रॉन इसकी वेलेंसी है या तो एक दे सकता है या एक ले सकता है सो तो इट्स वेलेंसी इज वन नैक्सट साल परमाणु अंक दो की विद्यार्थी हो हीयम एच ई परमाणु अंक दो दोल कि इलैक्ट्रॉन होूसरा इलेक्ट्रॉन कितने जाएगा ਪਹਿਲੇ ਸ਼ੈਲ ਦੇ ਵਿੱਚ ਕਿਉਂਕਿ ਅਸੀਂ ਰੂਲ ਪੜ੍ਹਿਆ ਹੈ ਕਿ ਇਲੈਕਟ੍ਰੋਨ ਹਮੇਸ਼ਾ ਪਹਿਲਾਂ ਅੰਦਰਲੇ ਸ਼ੈਲ 'ਚ ਜਾਣਗੇ ਫਿਰ ਬਾਹਰਲੇ ਸ਼ੈਲ ਵਿੱਚ ਫਿਲ ਹੋਣਗੇ ਤਾਂ ਇਸ ਦੇ ਵਿੱਚ K ਸ਼ੈਲ ਦੇ ਵਿੱਚ ਸਾਡੇ ਕੋਲ ਕਿੰਨੇ ਇਲੈਕਟ੍ਰੋਨ ਨੇ 2 ਹੁਣ ਵਿਦਿਆਰਥੀਓ ਇਸ ਦੀ ਕੰਬਾਈਨਿੰਗ ਕੈਪੈਸਿਟੀ ਜਾਂ ਵੈਲੈਂਸੀ ਕਿੰਨੀ ਹੋਏਗੀ ਦੇਖੋ ਅਸੀਂ ਪੜਿਆ कि एक शेल ਦੇ ਵਿੱਚ ਜਦੋਂ ਦੋ ਇਲੈਕਟ੍ਰੋਨ ਇਸ ਦੇ ਕੋਲ ਪਹਿਲੇ ਸ਼ੈਲ ਦੇ ਵਿੱਚ ਹੋ ਜਾਣਗੇ ਤਾਂ ਇਹ ਜਿਹੜਾ ਆ ਸਟੇਬਲ ਹੋ ਜਾਏਗਾ ਪਰਮਾਣੂ ਕਿਉਂਕਿ ਇਸ ਨੂੰ ਦੋ ਚਾਹੀਦੇ ਸੀ ਪਹਿਲੇ ਸ਼ੈਲ ਦੇ ਵਿੱਚ ਤਾਂ ਇਸ ਦਾ ਡੁਪਲੇਟ ਜਿਹੜਾ ਆ ਉਹ ਕੰਪਲੀਟ ਹੋ ਗਿਆ ਦੋ ਇਲੈਕਟ੍ਰੋਨ ਇਸ ਦੇ ਕੋਲ ਆ ਗਏ ਤਾਂ ਇਸ ਦੀ ਵੈਲੈਂਸੀ ਹੋਏਗੀ 0 ਇਹ ਕਿਸੇ ਦੇ ਨਾਲ ਕੰਬਾਈਨ ਨਹੀਂ ਕਰਨਾ ਚਾਹੇਗਾ ਇਹ ਆਪਣੇ ਇਲੈਕਟ੍ਰੋਨ ਸ਼ੇਅਰ ਵੀ ਨਹੀਂ ਕਰੇਗਾ ਇਸ ਕਰਕੇ ਹੀਲੀਅਮ ਦੀ ਵੈਲੈਂਸੀ ਹੋਏਗੀ ਸਾਡੇ ਕੋਲ 0 ਕਿਉਂਕਿ ਦੋ ਇਲੈਕਟ੍ਰੋਨ ਨੇ ਕੰਪਲੀਟ ਹੈ ਪਹਿਲਾ ਸ਼ੈਲ ਹੈ ਨਾ ਸਟੇਬਲ ਹੋ ਗਿਆ ਹੁਣ ਸਾਡੇ ਕੋਲ ਪਰਮਾਣੂ ਅੰਕ 3 ਕੀ ਹੁੰਦਾ ਵਿਦਿਆਰਥੀਓ ਲਿਥੀਅਮ Li ਲਿਥੀਅਮ ਦੇ ਵਿੱਚ ਸਾਡੇ ਕੋਲ ਕਿੰਨੇ ਇਲੈਕਟ੍ਰੋਨ ਹੋਣਗੇ ਪਰਮਾਣੂ ਅੰਕ 3 ਹੈ ਇਲੈਕਟ੍ਰੋਨ ਹੋਣਗੇ 3 ਹੁਣ ਇਲੈਕਟ੍ਰੋਨ ਇਸਦੇ ਵਿੱਚ ਐਡ ਹੋਣਾ ਕਿੱਥੇ ਹੋਏਗਾ ਕੀ ਇਹ ਪਹਿਲੇ ਸ਼ੈਲ ਦੇ ਵਿੱਚ ਹੋਏਗਾ ਨਹੀਂ ਕਿਉਂਕਿ ਦੇਖੋ ਇਸ ਦੇ ਵਿੱਚ ਇਲੈਕਟ੍ਰੋਨ ਨਹੀਂ ਜਾ ਰਿਹਾ ਕਿਉਂ ਕਿ ਅਸੀਂ ਪੜਿਆ ਕਿ ਇਲੈਕਟ੍ਰੋਨ ਜਿਹੜਾ ਆ ਪਹਿਲੇ ਸ਼ੈਲ ਦੇ ਵਿੱਚ ਮੈਕਸਿਮਮ ਉਹਦੇ ਕੋਲ ਦੋ ਇਲੈਕਟ੍ਰੋਨ ਹੀ ਆ ਸਕਦੇ ਨੇ ਹੁਣ ਇਹ ਇਲੈਕਟ੍ਰੋਨ ਕਿੱਥੇ ਐਡ ਹੋਏਗਾ ਵਿਦਿਆਰਥੀ ਉਹ ਐਲ ਸ਼ੈਲ ਦੇ ਵਿੱਚ ਸੈਕਿੰਡ ਸ਼ੈਲ ਦੇ ਵਿੱਚ ਜਾਏਗਾ ਮੰਨ ਲਓ ਕਿ ਜਿਵੇਂ ਸਾਡੇ ਕੋਲ ਕੋਈ ਲਿਫਟ ਹੁੰਦੀ ਹੈ ਉਹਦੇ ਵਿੱਚ ਲਿਫਟ ਦੇ ਅੰਦਰ ਜੇ ਦੋ ਹੀ ਬੰਦੇ ਜਾ ਸਕਦੇ ਆ ਤਾਂ ਤੀਸਰਾ ਉਹਦੇ ਚ ਐਂਟਰ ਨਹੀਂ ਕਰ ਸਕਦਾ ਇਸੇ ਤਰੀਕੇ ਨਾਲ ਪਹਿਲੇ ਸ਼ੈਲ ਦੇ ਵਿੱਚ ਦੋ ਤੋਂ ਵੱਧ ਇਲੈਕਟ੍ਰੋਨ ਨਹੀਂ ਜਾ ਸਕਦੇ ਤਾਂ ਅਗਰ ਇੱਕ ਇਲੈਕਟ੍ਰੋਨ ਹੋਰ ਐਡ ਹੋਣਾ ਹੈ ਤਾਂ ਕਿੱਥੇ ਹੋਏਗਾ ਐਲ ਸ਼ੈਲ ਦੇ ਵਿੱਚ ਹੁਣ ਇਸ ਦੀ ਤੁਸੀਂ ਸਿਚੁਏਸ਼ਨ ਦੇਖੋ ਇਸ ਪਰਮਾਣੂ ਦੇ ਵਿੱਚ ਲਿਥੀਅਮ ਦੇ ਅੰਦਰ ਸਾਡੇ ਕੋਲ ਇੱਕ ਇਲੈਕਟ੍ਰੋਨ ਹੈ ਹੁਣ ਇਸ ਦੀ ਵੈਲੈਂਸੀ ਕੀ ਹੈ ਅਗਰ ਇਹ ਇਲੈਕਟ੍ਰੋਨ ਆਪਣਾ ਡੋਨੇਟ ਕਰ ਦਵੇ ਤਾਂ ਅਸਥਿਰ ਅਵਸਥਾ ਚਾ ਜਾਏਗਾ ਇਸ ਕਰਕੇ ਲਿਥੀਅਮ ਦੀ ਵੈਲੈਂਸੀ ਕਿੰਨੀ ਹੁੰਦੀ ਹੈ 1 ਬਿਕੋਜ਼ ਇਹ ਇੱਕ ਇਲੈਕਟ੍ਰੋਨ ਅਗਰ ਡੋਨੇਟ ਕਰ ਦੇਗਾ ਦਾ ਇਸ ਸਥਿਰ ਅਵਸਥਾ ਦੇ ਵਿੱਚ ਆ ਜਾਏਗਾ ਇਸ ਦੀ ਵੈਲੈਂਸੀ ਹੈ ਇੱਕ ਪਰਮਾਣੂ ਅੰਕ 4 ਕੀ ਹੁੰਦਾ ਬੈਰਿਲੀਅਮ ਸੰਕੇਤ BE ਹੁਣ ਬੈਰਿਲੀਅਮ ਦੇ ਵਿੱਚ ਚਾਰ ਇਲੈਕਟ੍ਰੋਨ ਨੇ ਦੋ ਅੰਦਰਲੇ ਵਿੱਚ ਤੇ ਇਹ ਇਲੈਕਟ੍ਰੋਨ ਕਿੱਥੇ ਆਣਗੇ ਦੋ ਬਾਹਰ ਇਲੈਕਟ੍ਰੋਨ ਹੁਣ ਇਸ ਦੀ ਵੈਲੈਂਸੀ ਕਿੰਨੀ ਹੋਏਗੀ ਇਹ ਦੋ ਤਾਂ ਅੰਦਰ ਜਿਹੜੇ ਨੇ ਸਟੇਬਲ ਹੈ ਪਹਿਲਾ ਸ਼ੈਲ ਕੰਪਲੀਟ ਹੈ ਸੈਕਿੰਡ ਸ਼ੈਲ L ਦੇ ਵਿੱਚ ਸਾਡੇ ਕੋਲ ਦੋ ਇਲੈਕਟ੍ਰੋਨ ਨੇ ਵਿਦਿਆਰਥੀਓ ਇਸ ਦੀ ਵੈਲੈਂਸੀ ਕਿੰਨੀ ਹੋਗੀ ਦੋ ਕਿਉਂਕਿ ਇਹ ਦੋ ਅਗਰ ਡੋਨੇਟ ਕਰ ਦੇਗਾ ਤਾਂ ਇਹ ਕੀ ਹੋ ਜਾਣਗੇ ਸਟੇਬਲ ਸਥਿਰ ਅਵਸਥਾ ਵਿੱਚ ਆ ਜਾਏਗਾ ਇਸ ਕਰਕੇ ਬੈਰੀਲੀਅਮ ਦੀ ਵੈਲੈਂਸੀ ਹੋਏਗੀ ਸਾਡੇ ਕੋਲ ਦੋ ਪੰਜਵਾਂ ਪਰਮਾਣੂ ਅੰਕ ਕੀ ਹੁੰਦਾ ਹੈ ਬੋਰੋਨ ਬੋਰੋਨ ਦੇ ਵਿੱਚ ਪੰਜ ਇਲੈਕਟ੍ਰੋਨ ਪਹਿਲੇ ਵਿੱਚ ਦੋ L shell ਦੇ ਵਿੱਚ ਸਾਡੇ ਕੋਲ ਤਿੰਨ ਇਲੈਕਟ੍ਰੋਨ ਆ ਗਏ ਵੈਲੈਂਸੀ ਕਿੰਨੀ ਹੋਏਗੀ 1 2 3 ਇਹ ਤਿੰਨ ਇਲੈਕਟ੍ਰੋਨ ਆਪਣੇ ਲੂਜ਼ ਕਰ ਦੇਗਾ ਤੇ ਇਸ ਸਟੇਬਲ ਸਟੇਟ ਚ ਆ ਜਾਏਗਾ ਇਸ ਕਰਕੇ ਇਸ ਦੀ ਵੈਲੈਂਸੀ ਜਿਹੜੀ ਹੈ ਬੋਰੋਨ ਦੀ ਉਹ ਹੋਏਗੀ ਸਾਡੇ ਕੋਲ ਤਿੰਨ ਪਰਮਾਣੂ ਅੰਕ 6 ਹੁੰਦਾ ਹੈ ਕਾਰਬਨ ਕਾਰਬਨ ਦੇ ਵਿੱਚ ਕਿੰਨੇ ਇਲੈਕਟ੍ਰੋਨ ਹਾਂਜੀ 6 ਤਾਂ 6 ਦੋ ਅੰਦਰ ਤੇ 4 ਸਾਡੇ ਕੋਲ ਆਗੇ ਬਾਹਰ ਤਾਂ 1 2 3 4 ਹੁਣ ਇਹ ਚਾਰ ਇਲੈਕਟ੍ਰੋਨ ਆਪਣੇ ਜਾਂ ਡੋਨੇਟ ਕਰ ਸਕਦਾ ਜਾਂ ਸ਼ੇਅਰ ਕਰ ਸਕਦਾ ਤਾਂ ਵਿਦਿਆਰਥੀਓ ਇਹ ਇਸ ਦੇ ਚਾਰ ਜਿਹੜੀ ਹੈ ਕਾਰਬਨ ਦੀ ਕੀ ਹੋਏਗੀ ਵੈਲੈਂਸੀ ਤਾਂ ਪਰਮਾਣੂ ਅੰਕ 6 ਕਾਰਬਨ ਦੀ ਵੈਲੈਂਸੀ ਹੈ ਸਾਡੇ ਕੋਲ 4 ਨਾਈਟ੍ਰੋਜਨ ਪਰਮਾਣੂ ਅੰਕ 7 ਸੰਕੇਤ ਹੈ N ਤਾ ਇਸ ਦੇ ਵਿੱਚ ਸਾਡੇ ਕੋਲ ਕਿੰਨੇ ਇਲੈਕਟ੍ਰੋਨ 7 ਦੋ ਅੰਦਰ ਤੇ ਕਿੰਨੇ ਬਚ ਗਏ 5 5 ਸੈਕਿੰਡ ਦੇ ਵਿੱਚ ਸਾਡੇ ਕੋਲ ਆ ਗਏ 5 ਇਲੈਕਟ੍ਰੋਨ 1 2 3 4 5 ਹੁਣ ਵਿਦਿਆਰਥੀਓ ਤੁਸੀਂ ਇਹ ਧਿਆਨ ਨਾਲ ਦੇਖੋ ਇੱਥੇ ਇਸ ਗੱਲ ਨੂੰ ਸਮਝਣਾ ਕਿ ਇਸ ਦੇ ਲਈ ਕਿਹੜਾ ਕੰਮ ਸੌਖਾ ਹੈ ਕਿ ਇਹ ਪੰਜ ਇਲੈਕਟ੍ਰੋਨ ਆਪਣੇ ਕਿਸੇ ਨੂੰ ਡੋਨੇਟ ਕਰ ਦਵੇ ਜਾਂ ਇਹ ਤਿੰਨ ਜਿਹੜੇ ਨੇ ਉਹ ਕਿਸੇ ਤੋਂ ਲੈ ਲਵੇ ਕਿਉਂ ਕਿ ਅਸੀਂ ਪੜਿਆ ਸੀ ਕ્યા ਇਹ ਪਰਮਾਣੂ ਤਦ ਹੀ ਸਥਿਰ ਹੋ ਸਕਦਾ ਹੈ ਜਦ ਇਸ ਦਾ ਆਕਟੇਟ ਜਿਹੜਾ ਬਾਹਰਲੀ ਸ਼ੈਲ ਹੈ ਉਸ ਦੇ ਵਿੱਚ ਵੱਧ ਤੋਂ ਵੱਧ 8 ਇਲੈਕਟ੍ਰੋਨ ਆ ਸਕਦੇ ਹਨ ਅਗਰ ਇਸ ਨੇ ਸਥਿਰ ਅਵਸਥਾ ਵਿੱਚ ਆਉਣਾ ਹੈ ਤਾਂ ਇਸ ਨੂੰ ਤਿੰਨ ਇਲੈਕਟ੍ਰੋਨ ਹੋਰ ਚਾਹੀਦੇ ਨੇ ਸੋ ਇਸ ਦੇ ਲਈ ਇਹ ਸੌਖਾ ਹੈ ਕਿ ਇਹ ਤਿੰਨ ਇਲੈਕਟ੍ਰੋਨ ਕਿਸੇ ਤੋਂ ਲੈ ਲਵੇ ਰੈਦਰ ਦੈਨ ਕਿ ਇਹ ਪੰਜ ਇਲੈਕਟ੍ਰੋਨ ਆਪਣੇ ਡੋਨੇਟ ਕਰੇ ਸੋ ਨਾਈਟ੍ਰੋਜਨ ਦੀ ਅਗਰ ਅਸੀਂ ਗੱਲ ਕਰੀਏ ਤਾਂ ਇਸ ਦੀ ਕੰਬਾਈਨਿੰਗ ਕੈਪੈਸਿਟੀ ਹੋਏਗੀ 3 ਕਿਉਂਕਿ ਇਹ ਤਿੰਨ ਇਲੈਕਟ੍ਰੋਨ ਲੈ ਲੇਗਾ ਤਾਂ ਇਸ ਦਾ ਆਕਟੇਟ ਕੰਪਲੀਟ ਹੋ ਜਾਏਗਾ ਇਸ ਦੀ ਵੈਲੈਂਸੀ ਹੈ 3 ਪਰਮਾਣੂ ਅੰਕ 8 ਸੰਕੇਤ O ਕਿਹੜਾ ਐਲੀਮੈਂਟ ਹੈ ਜੀ ਐਟਮ ਆਕਸੀਜਨ ਆਕਸੀਜਨ ਦੇ ਵਿੱਚ ਪਹਿਲੇ ਵਿੱਚ ਦੋ ਹਾਂਜੀ ਕਿੰਨੇ ਬਚੇ 6 ਇਹਦੇ ਵਿੱਚ ਅਗੇ 6 ਸਾਡੇ ਕੋਲ ਇਲੈਕਟ੍ਰੋਨ 1 2 3 4 5 6 ਹੁਣ ਇਸ ਦੇ ਵਿੱਚ ਕਿਹੜੀ ਸਥਿਤੀ ਬੰਦੀ ਹੈ ਵਿਦਿਆਰਥੀਓ ਛੇਤੀ ਦੱਸੋ ਹਾਂਜੀ 6 ਇਲੈਕਟ੍ਰੋਨ ਦੋ ਅਗਰੇ ਗ੍ਰਹਿਣ ਕਰ ਲੇਗਾ ਤਾਂ ਇਸ ਦਾ ਆਕਟੇਟ ਯਾਨੀ ਅਸ਼ਟਕ ਕੰਪਲੀਟ ਹੋ ਜਾਏਗਾ ਇਸ ਕਰਕੇ ਇਸ ਦੀ ਕੰਬਾਈਨਿੰਗ ਕੈਪੈਸਿਟੀ ਕਿੰਨੀ ਹੋਏਗੀ ਵਿਦਿਆਰਥੀਓ ਦੋ ਆਕਸੀਜਨ ਦੀ ਕੰਬਾਈਨਿੰਗ ਕੈਪੈਸਿਟੀ ਦੋ ਨੈਕਸਟ ਸਾਡੇ ਕੋਲ ਪਰਮਾਣੂ ਅੰਕ 9 ਕੀ ਹੁੰਦਾ ਫਲੋਰਿਨ ਫਲੋਰਿਨ ਹਾਂਜੀ ਫਲੋਰਿਨ ਦੇ ਵਿੱਚ ਇਲੈਕਟ੍ਰੋਨ ਕਿੰਨੇ ਹੋਣਗੇ 9 ਦੋ ਅੰਦਰਲੇ ਸ਼ੈਲ ਕੇ ਸ਼ੈਲ ਦੇ ਵਿੱਚ ਤੇ ਸੱਤ ਕਿੱਥੇ ਆ ਗਏ ਜੀ ਬਾਹਰਲੇ ਸ਼ੈਲ 1 2 3 4 5 6 7 ਹਨਾ ਹੁਣ ਇਸ ਦੀ ਅਗਰ ਕੰਬਾਈਨਿੰਗ ਕੈਪੈਸਿਟੀ ਦੀ ਗੱਲ ਕਰੀਏ ਤਾਂ ਕਿੰਨੇ ਇਲੈਕਟ੍ਰੋਨ ਇਹਨੂੰ ਹੋਰ ਚਾਹੀਦੇ ਨੇ ਕਿ ਇਸ ਦਾ ਅਸ਼ਟਕ ਕੰਪਲੀਟ ਹੋ ਜਾਏ ਇੱਕ ਇਲੈਕਟ੍ਰੋਨ ਸੋ ਇਸ ਦੀ ਵੈਲੈਂਸੀ ਕਿੰਨੀ ਹੋਏਗੀ ਇੱਕ ਵੈਰੀ ਗੁੱਡ ਹੁਣ ਸਾਡੇ ਕੋਲ ਪਰਮਾਣੂ ਅੰਕ ਆਂਦਾ ਹੈ 10 ਹਾਂਜੀ ਨੀਓਨ ਨੀਓਨ ਸੰਕੇਤ NE ਹੁਣ ਇਸ ਦੇ ਵਿੱਚ ਸਾਡੇ ਕੋਲ ਕਿੰਨੇ ਇਲੈਕਟ੍ਰੋਨ ਨੇ 10 ਪਰਮਾਣੂ ਅੰਕ ਹੈ ਤੇ 10 ਪਹਿਲੇ ਸ਼ੈਲ ਦੇ ਵਿੱਚ ਦੋ ਸਾਡੇ ਕੋਲ ਮੌਜੂਦ ਨੇ ਫਿਰ ਉਸ ਤੋਂ ਬਾਅਦ 8 ਕਿਦੇ ਵਿੱਚ ਆ ਜਾਣਗੇ ਸੈਕਿੰਡ ਸ਼ੈਲ ਦੇ ਵਿੱਚ L ਸ਼ੈਲ ਦੇ ਵਿੱਚ ਵਿਦਿਆਰਥੀਓ ਧਿਆਨ ਨਾਲ ਦੇਖੋ ਹੁਣ ਇਸ ਤੇ ਪਹਿਲੇ ਸ਼ੈਲ ਦੇ ਵਿੱਚ ਦੋ ਇਲੈਕਟ੍ਰੋਨ ਕੰਪਲੀਟ ਨੇ ਤੇ ਦੂਸਰੇ ਸ਼ੈਲ ਦੇ ਵਿੱਚ 8 ਇਲੈਕਟ੍ਰੋਨ ਪੂਰੇ ਹੋ ਗਏ ਕੀ ਬਣ ਗਿਆ ਇਹ ਅਸ਼ਟਕ ਯਾਨੀ ਆਕਟੇਟ ਕੰਪਲੀਟ ਹੋ ਗਿਆ ਹੁਣ ਮੈਨੂੰ ਦੱਸੋ ਕੀ ਇਹ ਕਿਸੇ ਦੇ ਨਾਲ ਕੰਬਾਈਨ ਕਰਨਾ ਚਾਹੇਗਾ ਜਿਆਦਾ ਸਥਿਰ ਹੈ ਹੈਨਾ ਇਹ ਆਪਣੇ ਆਪ ਦੇ ਵਿੱਚ ਪੂਰਾ ਕੰਪਲੀਟ ਹੈ ਕੀ ਇਹ ਕਿਸੇ ਦੇ ਨਾਲ ਕੰਬਾਈਨ ਕਰਨਾ ਚਾਹੇਗਾ ਨੋ ਸੋ ਇਸਦੀ ਵੈਲੈਂਸੀ ਕੰਬਾਈਨਿੰਗ ਕਪੈਸਿਟੀ ਕਿੰਨੀ ਹੋਏਗੀ ਜ਼ੀਰੋ ਸੋ ਨੀਓਨ ਦੀ ਕੰਬਾਈਨਿੰਗ ਕਪੈਸਿਟੀ ਯਾ ਵੈਲੈਂਸੀ ਯਾ ਸੰਯੋਜਕਤਾ ਹੈ ਜ਼ੀਰੋ ਵਿਦਿਆਰਥੀਓ ਮੈਂ ਉਮੀਦ ਕਰਦੀਆਂ ਕਿ ਤੁਸੀਂ ਇਸ ਤਰੀਕੇ ਦੇ ਨਾਲ ਇਲੈਕਟ੍ਰੋਨਸ ਕਿਸ ਤਰ੍ਹਾਂ ਫਿਲ ਹੋ ਰਹੇ ਨੇ ਉਥੋਂ ਉਸ ਦੀ ਸੰਯੋਜਕਤਾ ਦਾ ਅੰਦਾਜ਼ਾ ਲਗਾ ਸਕਦੇ ਹੋ ਤੇ ਤੁਹਾਨੂੰ ਇਹ ਚੀਜ਼ ਸਮਝ ਆ ਗਈ ਹੋਏਗੀ